ਧਰਤੀ ਹਿੱਲ ਰਹੀ ਹੈ ਕੰਦਾਂ ਮੋਟੀਆਂ-ਮੋਟੀਆਂ ਦਰਾੜਾਂ ਦੇ ਨਾਲ ਕੰਬ ਰਹੀਆਂ ਨੇ ਮਕਾਨ ਝੁਕ ਗਏ ਨੇ ਹੋਟਲ ਵੀ ਝੁਕ ਗਏ ਨੇ ਫਰਸ਼ ਦੀਆਂ ਤਰੇੜਾਂ 'ਚੋਂ ਪਾਣੀ ਦੀਆਂ ਆਵਾਜ਼ਾਂ ਆ ਰਹੀਆਂ ਨੇ ਕਰੋੜਾਂ ਰੁਪਏ ਖਰਚ ਕੇ ਬਣਾਏ 700 ਘਰ ਅੱਖਾਂ ਦੇ ਸਾਹਮਣੇ ਟਾਹੇ ਜਾ ਰਹੇ ਨੇ ਬਜ਼ੁਰਗ ਔਰਤਾਂ ਬੱਚੇ ਜਵਾਨ ਸਾਰੇ ਦੇ ਸਾਰੇ ਠੰਡ ਦੇ ਵਿੱਚ ਸਮਾਨ ਸਮੇਤ ਬਾਹਰ ਬੈਠੇ ਨੇ ਅੱਖਾਂ 'ਚ ਅਥਰੂ ਨੇ ਕਦੇ ਆਪਣੇ ਆਪ ਨੂੰ ਤੇ ਕਦੇ ਰੱਬ ਨੂੰ ਸਵਾਲ ਪੁੱਛ ਰਹੇ ਨੇ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਅਜਿਹਾ ਕੀ ਗੁਨਾਹ ਹੋ ਗਿਆ ਕਿ ਹੱਸ ਦੇ ਵਸਤੇ ਪਰਿਵਾਰਾਂ ਨੂੰ ਬੇਕਾਰੀ ਕਰ ਦਿੱਤਾ ਦਰਦ ਭਰੀਆਂ ਇਹ ਆਵਾਜ਼ਾਂ ਤੇ ਸਵਾਲ ਉੱਤਰਾਖੰਡ ਦੇ ਸ਼ਹਿਰ ਜੋਸ਼ੀਮਠ ਤੋਂ ਆ ਰਹੇ ਨੇ ਉਹ ਸ਼ਹਿਰ ਜਿਸ ਨੂੰ ਧਾਰਮਿਕ ਥਾਵਾਂ ਦਾ ਗੇਟਵੇ ਕਿਹਾ ਜਾਂਦਾ ਹੈ ਹਿਮਕੁੰਡ ਸਾਹਿਬ ਅਤੇ ਬਦਰੀਨਾਥ ਦੇ ਦਰਸ਼ਨ ਲਈ ਜਾਣ ਵੇਲੇ ਤੁਹਾਨੂੰ ਜੋਸ਼ੀਮਠ ਰੋਕੇ ਹੀ ਜਾਣਾ ਪੈਂਦਾ ਹੈ ਕਿਉਂਕਿ ਜੋਸ਼ੀ ਮੱਠ ਤੁਹਾਨੂੰ ਆਰਾਮ ਨਾਲ ਅੱਗੇ ਜਾਣ ਦੀ ਤਾਕਤ ਦਿੰਦਾ ਹੈ ਪਰ ਜੋਸ਼ੀ ਮੱਠ ਦਾ ਇਹ ਹਾਲ ਜ਼ਮੀਨ ਦੇ ਅੰਦਰ ਹੋਏ ਬਦਲਾਅ ਦੀ ਵਜ੍ਹਾ ਕਰਕੇ ਅਚਾਨਕ ਹੋ ਗਿਆ ਸਵਾਲ ਹੈ ਕਿ ਕੀ 1 ਮਹੀਨੇ ਦੇ ਅੰਦਰ ਹੀ 700 ਕਰਾਨੀਆਂ ਕੰਧਾਂ ਦੇ ਵਿੱਚ ਮੋਟੀਆਂ-ਮੋਟੀਆਂ ਦਰਾੜਾਂ ਆ ਗਈਆਂ ਫਰਸ਼ ਕਈ ਹਿੱਸਿਆਂ ਦੇ ਵਿੱਚ 1 ਮਹੀਨੇ ਚ ਵੰਡੇ ਗਏ ਘਰਾਂ ਦੇ ਪਿੱਲਰ ਇੱਕ ਪਾਸੇ ਇੱਕੋ ਦਮ ਝੁੱਕ ਗਏ ਜਵਾਬ ਹੈ ਨਹੀਂ ਕਿਉਂਕਿ 46 ਸਾਲ ਪਹਿਲਾਂ ਸਰਕਾਰ ਨੂੰ ਇਸ ਖਤਰੇ ਦਾ ਅਹਿਸਾਸ ਹੋ ਗਿਆ ਸੀ 1976 ਦੇ ਵਿੱਚ ਆਈਐਸ ਅਫੀਸਰ ਐਮਸੀ ਮਿਸ਼ਰਾ ਅਧੀਨ ਇੱਕ ਪੈਨਲ ਨੇ ਆਪਣੀ ਰਿਪੋਰਟ ਵਿੱਚ ਇਸ ਖਤਰੇ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਇਸ ਰਿਪੋਰਟ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਪਹਿਲਾਂ ਅਸੀਂ 46 ਸਾਲਾਂ ਦੌਰਾਨ ਉਹਨਾਂ ਘਟਨਾਵਾਂ ਬਾਰੇ ਤੁਹਾਨੂੰ ਦੱਸਦੇ ਹਾਂ ਜੋ ਵਾਰੀ-ਵਾਰੀ ਜੋਸ਼ੀਮਠ ਨੂੰ ਅਲਰਟ ਕਰਦੀਆਂ ਰਹੀਆਂ ਪਰ ਸਰਕਾਰਾਂ ਵੀ ਸੁੱਤੀਆਂ ਰਹੀਆਂ ਲੋਕ ਵੀ ਸੁੱਤੇ ਰਹੇ ਹੁਣ ਪ੍ਰਧਾਨ ਮੰਤਰੀ ਤੋਂ ਲੈ ਕੇ ਉੱਤਰਾਖੰਡ ਸਰਕਾਰ ਵਿਗਿਆਨੀਆਂ ਦੇ ਨਾਲ ਮਿਲ ਕੇ ਐਮਰਜੈਂਸੀ ਮੀਟਿੰਗਾਂ ਰਾਹੀਂ ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਹਾਲ ਦੀ ਘੜੀ ਕੋਈ ਰਾਹ ਨਜ਼ਰ ਨਹੀਂ ਆ ਰਿਹਾ ਕਿਉਂਕਿ ਕੁਦਰਤ ਦਾ ਕੁਦਰਤ ਹੈ ਜਦੋਂ ਤੁਸੀਂ ਕੁਦਰਤ ਨੂੰ ਕਿਸੇ ਪਾਸੇੋਂ ਬੰਨ ਲਾ ਦਿੱਤਾ ਤਾਂ ਉਹ ਦੂਸਰੇ ਪਾਸੇੋਂ ਕੜ ਪਾਟ ਕੇ ਨਿਕਲੂਗੀ ਸਰਕਾਰਾਂ ਸਿਰਫ ਮੁਆਵਜ਼ੇ ਦੇ ਮਰਮ ਦੇ ਨਾਲ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਲੋਕਾਂ ਨੂੰ ਇਹ ਯਕੀਨੀ ਦਵਾਇਆ ਜਾ ਰਿਹਾ ਕਿ ਉਹ ਜੋਸ਼ੀ ਮੱਠ ਨੂੰ ਯਾਦ ਰੱਖਣ ਜਾਂ ਫਿਰ ਭੁੱਲ ਜਾਣ ਹੁਣ 46 ਸਾਲ ਦੀਆਂ ਉਹਨਾਂ ਘਟਨਾਵਾਂ ਦੀ ਗੱਲ ਕਰ ਲੈਣੇ ਆ ਜੋ ਵਾਰੀ-ਵਾਰੀ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਸਭ ਤੋਂ ਪਹਿਲਾ ਅਲਰਟ ਕਦੋਂ ਜਾਰੀ ਹੋਇਆ ਸੀ ISRO ਦੇ ਖੁਲਾਸੇ ਮੁਤਾਬਕ 7 ਦਸੰਬਰ ਤੋਂ 8 ਜਨਵਰੀ ਦੇ ਵਿਚਾਲੇ ਜੋਸ਼ੀ ਮਠ ਕਸਬਾ 5.4 ਸੈਂਟੀਮੀਟਰ ਅੰਦਰ ਵੜ ਗਿਆ ਜਦਕਿ ਅਪ੍ਰੈਲ 2022 ਤੋਂ ਨਵੰਬਰ 2022 ਦੇ ਵਿਚਾਲੇ ਇਹ 9 ਸੈਂਟੀਮੀਟਰ ਥੱਲੇ ਚਲਾ ਗਿਆ ਸੀ ਜੋਸ਼ੀ ਮਠ ਦੀ ਤਰਾਸ ਦੀ ਦੇ ਵਿੱਚ ਕੁਦਰਤੀ ਹਲਚਲਾਂ ਦੇ ਨਾਲ ਮਨੁੱਖੀ ਗਲਤੀਆਂ ਵੀ ਜ਼ਿੰਮੇਵਾਰ ਰਹੀਆਂ ਇਹਨਾਂ ਸਾਰਿਆਂ ਨੂੰ ਜਾਣਨ ਦੇ ਲਈ ਤੁਹਾਨੂੰ 4 ਵੱਖ-ਵੱਖ ਸਾਲਾਂ ਚੋਂ ਗੁਜ਼ਰ ਕੇ ਜਾਣਾ ਹੋਵੇਗਾ ਜਦੋਂ ਜੋਸ਼ੀ ਮਠ ਵਾਰੀ-ਵਾਰੀ ਆਪਣੇ ਬੁਰੇ ਅੰਜਾਮ ਦੀ ਚੇਤਾਵਨੀ ਦੇ ਰਿਹਾ ਸੀ 1976 ਉਹੀ ਸਾਲ ਸੀ ਜਦੋਂ ਐਮਸੀ ਮਿਸ਼ਰਾ ਦੇ ਪੈਨਲ ਨੇ ਦੱਸਿਆ ਸੀ ਕਿ ਜੋਸ਼ੀ ਮੱਠ ਲੈਂਡਸਲਾਈਡ ਦੇ ਮਲਬੇ ਨਾਲ ਬਣਿਆ ਸਾਰਿਆਂ ਨੂੰ ਪਤਾ ਹੈ ਕਿ ਮਲਬੇ ਦੀ ਮਿੱਟੀ ਮਜ਼ਬੂਤ ਨਹੀਂ ਹੁੰਦੀ ਮੀਂਹ ਆਉਣ ਕਰਕੇ ਅੰਦਰੋਂ ਹੀ ਗੁਫਾਵਾਂ ਬਣ ਜਾਂਦੀਆਂ ਨੇ ਉੱਤੋਂ ਤੋਂ ਭਾਵੇਂ ਜੋਸ਼ੀ ਮੱਠ ਤੁਹਾਨੂੰ ਪਹਾੜ ਨਜ਼ਰ ਆਊਗਾ ਪਰ ਅੰਦਰੋਂ ਖਾਲੀ ਸੀ ਜਿਵੇਂ ਸਪੰਜ ਹੁੰਦਾ ਉੱਤੋਂ ਉਹ ਮਜ਼ਬੂਤ ਨਜ਼ਰ ਆਉਂਦਾ ਹੈ ਪਰ ਜਦੋਂ ਤੁਸੀਂ ਉਸਤੇ ਉਂਗਲ ਰੱਖਦੇ ਹੋ ਉਹ ਦੱਬ ਜਾਂਦਾ ਹੈ ਦਰਅਸਲ ਜੋਸ਼ੀ ਮੱਠ ਕਿਸੇ ਚਟਾਨ ਤੇ ਨਹੀਂ ਬਣਿਆ ਸੀ ਬਲਕਿ ਮਿੱਟੀ ਦੇ ਨਾਲ ਬਣਿਆ ਪਹਾੜ ਸੀ ਐਮਸੀ ਮਿਸ਼ਰਾ ਨੇ ਰਿਪੋਰਟ ਦੇ ਵਿੱਚ ਦੂਸਰੀ ਅਹਿਮ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੋਸ਼ੀਮਠ ਦੇ ਨਾਲ ਜਿਹੜੇ ਪੱਥਰ ਨੇ ਉਹਨਾਂ ਨੂੰ ਹਟਾਇਆ ਨਾ ਜਾਵੇ ਧਮਾਕੇ ਨਾ ਕੀਤੇ ਜਾਣ ਪਰ ਇਸ ਦੇ ਬਾਵਜੂਦ ਵੱਡੇ ਵੱਡੇ ਹਾਈਡਰੋ ਪ੍ਰੋਜੈਕਟ ਲੈਣ ਦੇ ਗਏ ਸੜਕਾਂ ਦੇ ਨਿਰਮਾਣ ਲਈ ਧਮਾਕੇ ਵੀ ਕੀਤੇ ਗਏ ਸਿਰਫ ਇੰਨਾ ਹੀ ਨਹੀਂ ਮਿਸ਼ਰਾ ਪੈਨਲ ਨੇ 44 ਸਾਲ ਪਹਿਲਾਂ ਦੱਸ ਦਿੱਤਾ ਸੀ ਕਿ ਜੋਸ਼ੀਮਠ ਵਿੱਚ ਕੋਈ ਵੀ ਵੱਡੀ ਉਸਾਰੀ ਨਹੀਂ ਹੋਣੀ ਚਾਹੀਦੀ ਪਰ ਧਾਰਮਿਕ ਗੇਟਵੇ ਦੇ ਨਾਂ ਤੇ ਇਸ ਨੂੰ ਸੈਰ ਸਪਾਟਾ ਸੰਨਤ ਦਾ ਗੜ ਬਣਾ ਦਿੱਤਾ ਗਿਆ ਵੱਡੇ ਵੱਡੇ ਹੋਟਲ ਖੜੇ ਕਰ ਦਿੱਤੇ ਗਏ ਆਬਾਦੀ ਇਸ ਜ਼ਮੀਨ ਦੀ ਤਾਕਤ ਨੂੰ 4 ਗੁਣਾ ਵਧਾ ਦਿੱਤੀ ਗਈ ਲੈਂਡਸਲਾਈਡ ਦੀ ਮਿੱਟੀ ਤੇ ਬਣੀ ਜੋਸ਼ੀ ਮੱਠ ਵਿੱਚ ਪਾਣੀ ਦੀ ਨਿਕਾਸੀ ਦਾ ਸਹੀ ਰਾਹ ਨਹੀਂ ਬਣਾਇਆ ਗਿਆ ਨਤੀਜਾ ਇਹ ਹੋਇਆ ਕਿ ਜ਼ਮੀਨ ਦੀ ਮਿੱਟੀ ਪਾਣੀ ਦੇ ਨਾਲ ਹੀਠਾਂ ਖਿਸਕਦੀ ਰਹੀ ਜੋਸ਼ੀ ਮੱਠ ਝੁਕਦਾ ਰਿਹਾ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਹੁਣ ਜਦੋਂ ਇੱਕਦਮ ਝੁਕ ਰਿਹਾ ਹੈ ਤਾਂ ਸਾਰੇ ਹਿੱਲ ਗਏ ਨੇ ਦੂਜਾ ਅਲਰਟ ਜਬਾ ਹੁੰਦੇ ਜੋਸ਼ੀਮਠ ਦੇ ਲਈ ਦੂਸਰਾ ਅਲਰਟ 2010 ਦੇ ਵਿੱਚ ਉੱਤਰਾਖੰਡ ਰਾਜ ਆਫਤ ਪ੍ਰਬੰਧਕ ਅਥਾਰਟੀ ਦੇ ਕਾਰਜਕਾਰੀ ਨਿਰਦੇਸ਼ਕ ਪਿਊਸ਼ ਰੋਟੇਲਾ ਨੇ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਤਪੋਵਨ ਵਿਸ਼ਨੂੰਗੜ ਹਾਈਡਰੋ ਪਾਵਰ ਪਲਾਂਟ ਦੀ சுரੰਗ ਵਿੱਚ ਹੋਏ ਧਮਾਕੇ ਦੀ ਵਜ੍ਹਾ ਕਰਕੇ ਹਰ ਸੈਕਿੰਡ 700 700 ਲੀਟਰ ਪਾਣੀ ਦਾ ਨੁਕਸਾਨ ਹੋ ਰਿਹਾ ਹੈ ਰੋਜ਼ਾਨਾ 70 ਮਿਲੀਅਨ ਲੀਟਰ ਪਾਣੀ ਖਰਾਬ ਹੋ ਰਿਹਾ ਹੈ ਇਹ ਪਾਣੀ ਜੋਸ਼ੀਮਠ ਦੀ ਮਿੱਟੀ ਨੂੰ ਵਹਾ ਕੇ ਲੈ ਜਾ ਰਿਹਾ ਹੈ ਪਰ ਜਾਣ ਕੇ ਵੀ ਸਰਕਾਰਾਂ ਅਣਜਾਣ ਬਣੀਆਂ ਰਹੀਆਂ ਤੀਸਰਾ ਅਲਰਟ ਫਿਰ ਸਾਲ 2013 ਦੇ ਵਿੱਚ ਜਦੋਂ ਕੇਦਾਰਨਾਥ ਵਿੱਚ ਫਲੈਸ਼ ਫਲੱਡ ਆਈ ਤਾਂ ਉਹਨਾਂ ਹੜ੍ਹਾਂ ਨੇ ਪੂਰੇ ਉੱਤਰਾਖੰਡ ਨੂੰ ਪਾਣੀ ਪਾਣੀ ਕਰ ਦਿੱਤਾ ਸੀ। ਜੋਸ਼ੀ ਮੱਠ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਕਿਉਂਕਿ ਪੁਚਾਲ ਤੋਂ ਵੱਧ ਇਸ ਸ਼ਹਿਰ ਨੂੰ ਪਾਣੀ ਤੋਂ ਵੱਧ ਪਰੇਸ਼ਾਨੀ ਸੀ। ਜੋਸ਼ੀ ਮੱਠ ਟੈਕਟੋਨਿਕ ਪਲੇਟਾਂ ਤੇ ਵਸਿਆ ਹੋਇਆ ਹੈ ਇਸ ਲਈ ਮੀਂਹ ਇਸ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦਾ ਹੈ। ਚੌਥਾ ਅਲਰਟ ਜੋਸ਼ੀ ਮੱਠ ਦੇ ਲਈ ਚੌਥਾ ਅਲਰਟ ਅਗਸਤ 2021 ਦੀ ਘਟਨਾ ਸੀ ਜਦੋਂ ਰਿਸ਼ੀ ਗੰਗਾ ਦੇ ਵਿੱਚ ਵੱਡਾ ਹਾਦਸਾ ਹੋਇਆ ਸੀ। ਪਾਣੀ ਦੇ ਤੇਜ਼ ਵਹਾਅ ਨਾਲ ਗੰਗਾ ਨਾਲੇ ਵਿੱਚ ਟੋਇਰੋਸ਼ਨ ਅਤੇ ਸਲਾਈਡਿੰਗ ਵਧ ਗਈ ਟੋਇਰੋਸ਼ਨ ਯਾਨੀ ਪਹਾੜ ਦੇ ਹੇਠਲੇ ਹਿੱਸੇ ਦਾ ਕੱਟ ਜਾਣਾ ਜਿੱਥੋਂ ਨਦੀ ਅਤੇ ਨਾਲੇ ਨਿਕਲਦੇ ਨੇ ਸਲਾਈਡਿੰਗ ਯਾਨੀ ਕਿ ਮਿੱਟੀ ਦਾ ਖਿਸਕ ਜਾਣਾ ਇਸ ਤੋਂ ਬਾਅਦ ਇਸੇ ਸਾਲ 17 ਤੋਂ 19 ਅਕਤੂਬਰ ਦੇ ਵਿਚਾਲੇ ਤੇਜ਼ ਮੀਂਹ ਕਰਕੇ ਜੋਸ਼ੀਮਠ ਦੇ ਧਸਣ ਦੀ ਰਫ਼ਤਾਰ ਤੇਜ਼ ਹੋ ਗਈ ਜ਼ਮੀਨ ਅਤੇ ਘਰਾਂ ਦੀਆਂ ਕੰਧਾਂ ਤੇ ਮੋਟੀਆਂ-ਮੋਟੀਆਂ ਤਰੇੜਾਂ ਨਜ਼ਰ ਆਉਣ ਲੱਗੀਆਂ ਤਿੰਨ ਦਿਨਾਂ ਦੇ ਅੰਦਰ 190 ਮਿਲੀਮੀਟਰ ਮੀਂਹ ਪਿਆ ਸਭ ਤੋਂ ਵੱਧ ਦਰਾੜਾਂ ਜੋਸ਼ੀਮਠ ਦੇ ਰਵੀਗ੍ਰਾਮ ਇਲਾਕੇ ਵਿੱਚ ਮਿਲੀਆਂ ਦਰਅਸਲ ਜੋਸ਼ੀਮਠ ਮਲਬੇ ਤੇ ਵਸਿਆ ਹੋਇਆ ਜੋ ਕਿ ਕਾਫੀ ਨਾਜ਼ੁਕ ਹੁੰਦਾ ਹੈ ਉਹ ਰੇਤੀ ਅਤੇ ਕਲੇ ਵਰਗੀ ਮਿੱਟੀ ਅਤੇ ਕਮਜ਼ੋਰ ਪੱਥਰਾਂ ਦੇ ਸਹਾਰੇ ਠੀਕ 2021 ਵਿਚ ਆਈਆਂ ਦਰਾੜਾਂ ਨੂੰ ਵੇਖਣ ਦੇ ਬਾਵਜੂਦ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ ਸੜਕਾਂ ਤੇ ਹਾਈਡਰੋ ਪ੍ਰੋਜੈਕਟ ਦੇ ਲਈ ਬਲਾਸਟ ਹੁੰਦੇ ਰਹੇ ਜੋਸ਼ੀ ਮੱਠ ਤਸਦਾ ਰਿਹਾ ਇਸ ਤੋਂ ਇਲਾਵਾ ਅਲਕਨੰਦਾ ਨਦੀ ਨੇ ਵੀ ਜੋਸ਼ੀ ਮੱਠ ਨੂੰ ਕਮਜ਼ੋਰ ਕਰਨ 'ਚ ਕੋਈ ਕਸਰ ਨਹੀਂ ਛੱਡੀ ਅਲਕਨੰਦਾ ਨਦੀ ਜਿੱਥੋਂ ਤੌਲੀ ਗੰਗਾ ਨਾਲ ਮਿਲਦੀ ਹੈ ਉੱਥੋਂ ਹੀ ਟੋਏ ਰੋਸ਼ਨ ਤੇਜ਼ੀ ਨਾਲ ਹੋ ਰਿਹਾ ਹੈ ਯਾਨੀ ਕਿ ਜੋਸ਼ੀਮਰ ਦੀ ਜ਼ਮੀਨ ਨੂੰ ਅਲਕਨੰਦਾ ਤੇ ਤੌਲੀ ਗੰਗਾ ਮਿਲ ਕੇ ਖੋਖਲਾ ਕਰ ਰਹੀਆਂ ਨੇ ਇਸ ਤੋਂ ਇਲਾਵਾ ਅਲਕਨੰਦਾ ਨਦੀ ਦੇ ਵਿੱਚ ਪਹਾੜਾਂ ਦਾ ਮਲਬਾ ਜਾਂਦਾ ਰਹਿੰਦਾ ਹੈ ਜਿਸ ਦੀ ਵਜ੍ਹਾ ਕਰਕੇ ਪਾਣੀ ਅਗਾਹ ਨਹੀਂ ਜਾਂਦਾ ਤੇ ਜੋਸ਼ੀਮਰ ਦੀ ਜ਼ਮੀਨ ਨੂੰ ਅਲਕਨੰਦਾ ਨਦੀ ਦਾ ਪਾਣੀ ਕਮਜ਼ੋਰ ਕਰ ਰਿਹਾ ਹੈ ਹੁਣ ਜ਼ਰੂਰ ਜ਼ਿਕਰ ਕਰਾਂਗੇ ਉਹਨਾਂ ਗੱਲਾਂ ਦਾ ਉਹਨਾਂ ਉਪਰਾਲਿਆਂ ਦਾ ਜਿਹੜੇ ਕੀਤੇ ਜਾ ਸਕਦੇ ਸੀ ਜਿਹੜੇ ਕਦਮ ਚੁੱਕ ਕੇ ਜੋਸ਼ੀ ਮੱਠ ਨੂੰ ਬਚਾਇਆ ਜਾ ਸਕਦਾ ਸੀ ਉਹ ਸਭ ਦੇ ਸਾਹਮਣੇ ਸਨ ਸਰਕਾਰਾਂ ਦੇ ਸਾਹਮਣੇ ਸਨ ਪਰ ਉਹ ਕਦਮ ਨਹੀਂ ਚੁੱਕੇਗੇ ਕਿਉਂਕਿ ਇਹ ਤਾਂ ਨਹੀਂ ਹੈ ਕਿ ਜੋਸ਼ੀ ਮੱਠ ਨੂੰ ਬਚਾਇਆ ਨਹੀਂ ਜਾ ਸਕਦਾ ਸੀ ਇਸ ਦੇ ਲਈ ਡਰੇਨੇਜ ਸਿਸਟਮ ਠੀਕ ਕਰਨਾ ਚਾਹੀਦਾ ਸੀ ਜ਼ਮੀਨ ਧਸਨ ਦੀ ਵਜ੍ਹਾ ਕਰਕੇ ਪਾਈਪਾਂ ਮੁੜ ਗਈਆਂ ਸੀ ਜੋਸ਼ੀ ਮੱਠ ਦਾ ਜ਼ਿਆਦਾਤਰ ਹਿੱਸਾ ਢਲਾਨ ਤੇ ਬਣਿਆ ਹੋਇਆ ਹੈ ਢਲਾਨ ਦੇ ਉੱਤੇ ਹੀ ਮਿੱਟੀ ਕਮਜ਼ੋਰ ਹੁੰਦੀ ਹੈ ਪਰ ਆਬਾਦੀ ਦਾ ਵਜ਼ਨ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਇਹ ਖਿਸਕਦੀ ਰਹੀ ਕਰਾਂਤੀ ਹੋਟਲਾਂ ਚੋਂ ਨਿਕਲਣ ਵਾਲੇ ਪਾਣੀ ਨੂੰ ਬਾਹਰ ਜਾਣ ਦਾ ਸਹੀ ਰਾਹ ਨਹੀਂ ਮਿਲਿਆ ਇਸ ਜ਼ਮੀਨ ਦੇ ਅੰਦਰ ਹੀ ਅੰਦਰ ਰਸਦਾ ਰਿਹਾ ਮਿੱਟੀ ਦੀ ਉਤਲੀ ਪਰਤ ਕਮਜ਼ੋਰ ਹੁੰਦੀ ਰਹੀ ਢਲਾਨਾਂ ਦੀ ਮਜ਼ਬੂਤੀ ਖਤਮ ਹੋ ਗਈ ਅੰਦਰੋਂ ਖੋਖਲਾ ਹੋਣ ਦੀ ਵਜ੍ਹਾ ਕਰਕੇ ਇਸ ਦੇ ਵਿੱਚ ਦਰਾੜਾਂ ਪੈਂਦੀਆਂ ਰਹੀਆਂ ਤੇ ਡੁੰਗੀਆਂ ਹੁੰਦੀਆਂ ਗਈਆਂ ਤੇ ਇਹ ਸਭ ਕੁਝ ਡਰੇਨੇਜ ਸਿਸਟਮ ਠੀਕ ਕਰਕੇ ਠੀਕ ਕੀਤਾ ਜਾ ਸਕਦਾ ਸੀ ਲਗਾਤਾਰ ਪਾਣੀ ਰਿਸਣ ਦੀ ਵਜ੍ਹਾ ਕਰਕੇ ਮਿੱਟੀ ਦੀਆਂ ਪਰਤਾਂ ਵਿੱਚ ਮੌਜੂਦ ਚਿਕਨੇ ਖਣਿਜ ਪਾਣੀ ਦੇ ਨਾਲ ਰੁੜ ਗਏ ਜ਼ਮੀਨ ਕਮਜ਼ੋਰ ਹੁੰਦੀ ਰਹੀ ਉਸ ਦੇ ਉੱਤੇ ਹੁੰਦੇ ਰਹੇ ਨਿਰਮਾਣ ਨਾਲ ਧਰਤੀ ਤੇ ਹੋਰ ਦਬਾਅ ਵਧਿਆ ਮਲਬੇ ਦੇ ਢੇਰ ਤੇ ਬਣਿਆ ਜੋਸ਼ੀ ਮੱਠ ਇਸ ਨੂੰ ਸਹਾਰ ਨਹੀਂ ਸਕਿਆ ਜਿਸ ਸਮੇਂ ਸਿਰਟ ਲਾਣ ਦੀ ਮਜ਼ਬੂਤੀ ਲਈ ਪੋਰ ਪ੍ਰੈਸ਼ਰ ਯਾਨੀ ਕਿ ਪਾਣੀ ਦਾ ਰਸਾ ਘਟ ਕੀਤਾ ਹੁੰਦਾ ਤਾਂ ਪਾਣੀ ਟਲਾਂ ਦੇ ਅੰਦਰ ਘਟ ਜਾਂਦਾ ਤੇ ਜੋਸ਼ੀ ਮੱਠ ਅੰਦਰੋਂ ਖੋਖਲਾ ਹੋਣ ਤੋਂ ਬਚ ਜਾਂਦਾ ਇਸ ਦੇ ਨਾਲ ਹੀ ਮੈਦਾਨ ਪਾਰਕਿੰਗ ਲੌਨ ਕਿਚਨ ਕਾਡ ਵਰਗੀਆਂ ਥਾਵਾਂ ਤੇ ਪਾਣੀ ਨੂੰ ਕੱਢਣ ਦੇ ਲਈ ਕਲੇ ਦੀ ਚਾਦਰ ਵਿਛਾਉਣੀ ਚਾਹੀਦੀ ਸੀ ਸੜਕਾਂ ਤੇ ਕਲੋਨੀਆਂ ਦਾ ਨਿਰਮਾਣ ਇਸ ਤਰੀਕੇ ਨਾਲ ਹੋਣਾ ਚਾਹੀਦਾ ਸੀ ਕਿ ਡਰੇਨੇਜ ਸਿਸਟਮ ਪ੍ਰਭਾਵਿਤ ਨਾ ਹੋਵੇ ਪਰ ਅਜਿਹਾ ਕੁਝ ਨਹੀਂ ਕੀਤਾ ਗਿਆ ਇਸੇ ਕਰਕੇ ਹੁਣ ਜੋਸ਼ੀ ਮਠ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਿਹਾ ਹੈ ਇਸ ਜ਼ਮੀਨ ਤੇ ਵਸਣ ਵਾਲੇ ਵਸਨੀਕ ਇਸੇ ਕਰਕੇ ਬੇਕਾਰ ਹੋ ਰਹੇ ਨੇ ਜਿਨ੍ਹਾਂ ਨੂੰ ਸ਼ਾਇਦ ਜ਼ਮੀਨ ਦੇ ਅੰਦਰ ਹੋ ਰਹੀਆਂ ਇਹਨਾਂ ਹਲਚਲਾਂ ਬਾਰੇ ਕੁਝ ਵੀ ਨਹੀਂ ਪਤਾ ਸੀ ਪਰ ਸਰਕਾਰਾਂ ਨੂੰ ਸਭ ਕੁਝ ਪਤਾ ਹੁੰਦਾ ਤੇ ਪਤਾ ਹੋਣਾ ਵੀ ਚਾਹੀਦਾ ਜੋਸ਼ੀ ਮਠ ਦੀ ਜ਼ਮੀਨ ਤਾਂ ਦਹਾਕਿਆਂ ਤੋਂ ਹੀ ਖੋਖਲੀ ਹੋ ਰਹੀ ਸੀ ਪਰ ਹੁਣ ਇਹ ਸਾਰਾ ਕੁਝ ਦੇਖ ਕੇ ਜੋਸ਼ੀ ਮੱਠ ਦੇ ਵਸਨੀਕਾਂ ਦੇ ਪੈਰਾਂ ਥੱਲੇ ਵੀ ਜ਼ਮੀਨ ਖਿਸਕਣ ਲੱਗੀ ਹੈ ਸਰਕਾਰਾਂ ਵੀ ਹੁਣ ਭੱਜੀਆਂ ਫਿਰਦੀਆਂ ਨੇ ਆਸ ਕਰਦੇ ਹਾਂ ਤੇ ਅਰਦਾਸ ਵੀ ਕਰਦੇ ਹਾਂ ਕਿ ਜੋਸ਼ੀ ਮੱਠ ਸ਼ਹਿਰ ਹੁਣ ਬਚਾ ਲਿਆ ਜਾਵੇ ਕਮ ਸੇ ਕਮ ਹੁਣ ਅਜੇ ਹੀ ਉਪਰਾਲੇ ਕੀਤੇ ਜਾਣ ਕਿ ਲੋਕ ਇਥੋਂ ਉੱਜੜਨ ਤੋਂ ਬਚ ਸਕਣ ਖਾਸ ਰਿਪੋਰਟ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ